ਪੱਖਾ ਬੰਦ ਕਰਤਾ ਕਿਉਂਕਿ ਨਾ ਯਾਰ ਉਹਦੀ ਜਿਹੜੀ ਨੋਇਜ਼ ਆ ਉਹ ਤੰਗ ਕਰਦੀ ਆਪਾਂ ਨੂੰ। ਸੋ ਜਿਹੜੀ ਅੱਜ ਦੀ ਵੀਡੀਓ ਹੈਗੀ ਆ ਉਹ ਹੈਗੀ ਆ ਡੋਨਲਡ ਟਰੰਪ ਦੀ ਫਨੀ ਕੰਪਾਈਲੇਸ਼ਨ ਅਜ਼ੀਜ਼ੀ ਟੋਟੇ, ਜਿਹਨੂੰ ਪੰਜਾਬੀ ਟੋਟੇ ਕਹਿੰਦੇ ਆ, ਤਜ਼ਾਬੀ ਟੋਟੇ ਕਹਿੰਦੇ ਆ। ਤਜ਼ਾਬੀ ਟੋਟੇ ਕਿਉਂ ਕਹਿੰਦੇ ਆ ਆਈ ਡੋਂਟ ਨੋ, ਪਰ ਕੋਈ ਨਾ ਕੋਈ ਟੋਟੇ ਤਾਂ ਇਹਨੂੰ ਕਹਿੰਦੇ ਹੀ ਹੈ। ਉਹ ਕਹਿੰਦੇ ਨਹੀਂ ਹੁੰਦੇ ਟੋਟੇ ਟੱਟੇ ਕਰ ਦੂੰਗਾ ਮੱਖਣਾ। ਸੋ ਵੈਸੇ ਡੱਕਰੇ ਡੱਕਰੇ ਵੀ ਕਹਿੰਦੇ ਹੁੰਦੇ ਆ। ਐਨੀਵੇਜ਼, ਡੋਨਲਡ ਟਰੰਪ ਦੀ ਅਲੀ ਅਜ਼ੀਜ਼ੀ ਅਫੀਸ਼ੀਅਲ ਯੂਟਿਊਬ ਚੈਨਲ ਜਾ ਕੇ ਚੈੱਕ ਜ਼ਰੂਰ ਕਰਿਓ, ਅਤੇ ਕਿਉਂਕਿ ਬਹੁਤ ਵਧੀਆ ਉਹ ਕੰਮ ਕਰਦੇ ਆ ਅਤੇ ਵੀਡੀਓ ਕਰਦੇ ਆ। ਸ਼ੁਰੂ ਆ ਜਾਓ ਫਿਰ, ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ, ਭੁੱਲ ਲਿਓ ਨਾ। ਕਾਲਿਆ ਸੱਜਣਾ ਐਕਚੁਅਲੀ ਮੈਨੂੰ ਇੱਕ ਚੀਜ਼ ਬੜੀ ਵਧੀਆ ਲੱਗਦੀ ਹੈ ਬਾਹਰ ਦੀ, ਕਿ ਜਿਹੜੇ ਅਪੋਜੀਸ਼ਨ ਪਾਰਟੀਜ਼ ਹੁੰਦੀਆਂ ਨਾ, ਉਹ ਆਹਮਣੇ ਸਾਹਮਣੇ ਬਹਿ ਕੇ ਇੱਕ ਦੂਜੇ ਨੂੰ ਆਪਦੇ ਵੱਲੋਂ ਸਾਬਤ ਕਰਦੇ ਹੁੰਦੇ ਆ ਕਿ ਮੈਂ ਇਹਦੇ ਨਾਲੋਂ ਕਿਉਂ ਚੰਗਾ, ਮਤਲਬ ਮੈਂ ਕਿਉਂ ਬਣ ਸਕਦਾ, ਹੈ ਨਾ। ਅਤੇ ਇਹ ਚੀਜ਼ ਮੈਨੂੰ ਬੜੀ ਵਧੀਆ ਲੱਗਦੀ ਹੈ। ਇਹ ਸ਼ਾਇਦ ਉਦੋਂ ਦੀ ਵੀਡੀਓ ਹੈ ਜਦੋਂ ਇਹ ਚੀਜ਼ ਕੋਈ ਪ੍ਰੋਗਰਾਮ ਹੋ ਰਿਹਾ, ਅਸੈਂਬਲੀ ਹੋ ਰਹੀ ਹੈ, ਅਤੇ ਇਹਨਾਂ ਨੇ ਉਹ ਡਬ ਕੀਤੀ ਹੈ। ਅਮੇਜ਼ਿੰਗ ਯਾਰ। ਇਹ ਜੋ ਕਿ ਕਹਿੰਦਾ ਹੈ ਸਵਾਲ ਡੋਨਲਡ ਟਰੰਪ ਭੈੜੀ ਬੁੱਧੀ ਵਾਲੇ ਨੂੰ ਕਿ ਤੂੰ ਸਦਰ ਬਣ ਕੇ ਕਿਹੜੀ ਹੱਦ ਤੱਕ ਗਿਰ ਸਕਦਾ ਵਾ। ਹਾਏ ਹਾਏ ਯਾਰ, ਮੋਟਿਆ ਸਵਾਲ ਕੀਤੇ ਕਿ ਬਿੱਟ ਕੀਤੀ ਹੈ ਤੇਰੇ ਤੇ, ਕੈਂਡਿਆਂ ਨੂੰ ਰੋਟੀ ਤੋਂ ਇਲਾਵਾ ਕੁਝ ਨਜ਼ਰ ਨਹੀਂ ਆਉਂਦਾ। ਆ ਚੱਕ ਸਿੱਧੀ ਬੇਇੱਜ਼ਤੀ, ਸਦਰ ਬਣਨ ਵਾਸਤੇ ਕਿਸ ਹੱਦ ਤੱਕ ਗਿਰ ਸਕਦਾ। ਓਏ ਬੇਵਕੂਫੋ, ਕੋਈ ਔਖਾ ਜਿਹਾ ਸਵਾਲ ਕਰੋ। ਲੈ ਫਿਰ ਮੇਰਾ ਸਵਾਲ ਹੈ ਕਿ ਭਰਾਵਾ ਮੈਨੂੰ, ਓ ਨਹੀਂ ਇਹ ਚਿੱਟੇ ਜੂਏ ਨੂੰ, ਚਿੱਟੇ ਜੂਏ ਓ ਯਾਰ, ਇੱਦਾਂ ਵੈਸੇ ਕਿਸੇ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ, ਪਰ ਚਿੱਟਾ ਚੂਹਾ ਕਿਉਂ, ਮੈਂ ਤਾਂ ਦੁਨੀਆ ਤੇ ਆਇਆ ਸੀ ਟਾਈਮ ਪੁੱਛਣ ਵਾਸਤੇ, ਤੇ ਜਿਹੜੀ ਆਹ ਵਾ ਦੁਨੀਆ ਤੇ ਆਈ ਟਾਈਮ ਦਾਇਆ ਕਰਨ ਵਾਸਤੇ। ਚਿੱਟਾ ਚੂਹਾ ਓ ਮਾਈ ਗੋਡ, ਹਾਊ ਇਜ਼ ਦਿਸ ਪੋਸੀਬਲ ਯਾਰ। ਅਮਰੀਕਾ ਕਰਦਾ ਏਦਾਂ ਹੀ ਆ। ਚੁੰਨੀਆਂ ਅੱਖਾਂ ਪਲੀਜ਼ ਯਾਰ, ਇੰਨਾ ਰੋਸਟ ਵੀ ਨਹੀਂ ਕਰੀਦਾ ਹੁੰਦਾ ਕਿਸੇ ਨੂੰ ਸੀਰੀਅਸਲੀ। ਮੈਂ ਪਾਗਲ ਆ, ਚੱਲ ਸਿੱਟ ਲਾ ਇਹ ਬੰਦਾ ਜਿਹਨੂੰ
ਤੁਸੀਂ ਸੁਣ ਰਹੇ ਹੋ ਨਾ ਸਿਰਫ ਦਿਮਾਗੀ ਤੌਰ ਤੇ ਹਿਲਿਆ ਹੋਇਆ ਬਲਕਿ ਛੋਟੇ ਵੱਡੇ ਹਰ ਸ਼ੈਤਾਨ ਨਾਲ ਮਿਲਿਆ ਹੋਇਆ। ਅੱਜ ਕੱਲ ਪੂਰੇ ਅਮਰੀਕਾ ਦੀ ਆਵਾਮ ਦਬਾ ਦਾਬੇ ਨੂੰ ਲਾਂਤਾ ਪਾ ਰਹੀ ਆ। ਵੈਸੇ ਪਾਣੀਆਂ ਵੀ ਚਾਹੀਦੀਆਂ। ਸਾਨੂੰ ਤੇ ਅੱਜ ਤੱਕ ਸਮਝ ਨਹੀਂ ਆਈ ਕਿ ਇਹ ਬੰਦਾ ਇਨਸਾਨ ਆ ਜਾਂ ਸੱਪ ਦੇ ਮੂੰਹ ਦੇ ਉੱਤੇ ਦੋ ਅੱਖਾਂ ਇੱਕ ਨੱਕ ਤੇ ਡੇਢ ਕੰਨ ਲੱਗਾ ਆ। ਡੇਢ ਕੰਨ ਗੈਸਕਿਟ ਸੜੀ ਆ। ਉਹ ਤੇਰੀ ਪਲਾਨ ਬਣਾਇਆ ਕਿਸੇ ਟਾਈਮ ਤੇ ਮੂੰਹ ਚ ਐਲਫੀ ਪਾ ਦੇਣੀ। ਓ ਚੱਕ ਨਸਲਾਂ ਤੇ ਹਲੇ ਪਤਾ ਹੀ ਨਹੀਂ ਲੱਗ ਰਿਹਾ। ਬੜਾ ਹੀ ਕਿਸੇ ਕਪੱਤੀ ਔਂਤਰੀ ਮਾਂ ਦਾ ਬੱਚਾ ਹੈ। ਪਾਕਿਸਤਾਨ ਨੂੰ ਅਸੀਂ ਜਿੰਨੀ ਮਦਦ ਦਿੱਤੀ ਹੈ ਇਹਦੇ ਨਾਲ ਤਾਂ ਦੋ ਦਰਜਾ ਮੁਸਮੀਆਂ ਆ ਜਾਂਦੀਆਂ ਨੇ। ਮੇਰੇ ਅੱਬੇ ਦੀਆਂ ਅੱਖਾਂ ਦਾ ਆਪਰੇਸ਼ਨ ਹੋ ਸਕਦਾ, ਮੇਰੀ ਮਾਂ ਦੇ ਨਵੇਂ ਗੋਡੇ ਪੈ ਸਕਦੇ ਆ, ਮੇਰੀ ਭੈਣ ਦਾ ਤਿੰਨ ਵਾਰੀ ਵਿਆਹ ਹੋ ਸਕਦਾ। ਮੈਂ ਸਮਝਣਾ ਕਿ ਪਾਕਿਸਤਾਨ ਨੂੰ ਇੰਨੀ ਮਦਦ ਦੇ ਕੇ ਅਸੀਂ ਬੇਵਕੂਫੀ ਨਹੀਂ ਬਲਕਿ ਲਾਮ ਨੂਨ ਵੱਡੀ ਇਹ ਵਕੂਫੀ ਕੀਤੀ ਆ। ਇਹਦੇ ਬਦਲੇ ਚ ਕਦੀ ਕਦਾ ਅਸੀਂ ਡੂ ਮੋਰ ਦਾ ਕਹਿ ਦਈਏ ਤੇ ਮੋਰ ਦੀ ਬਜਾਏ ਸਾਨੂੰ ਹੋਰ ਕਹਾਣੀਆਂ ਸੁਣਾ ਕੇ ਉੱਲੂ ਬਣਾ ਜਾਂਦੇ। ਅਸੀਂ ਲੋਕਾਂ ਨੂੰ ਉਂਗਲੀਆਂ ਤੇ ਪਤਾ ਨਹੀਂ ਡਾਇਲੋਗ ਕਿੱਥੋਂ ਲਿਖਦੇ ਆ ਯਾਰ ਇਹਨੇ। ਤੇ ਅਫਗਾਨਿਸਤਾਨ ਚ ਦਹਿਸ਼ਤਗਰਦਾਂ ਦੇ ਖਿਲਾਫ ਜੰਗ ਚ ਸਾਡੀ ਸਿਰਫ ਇੰਨੀ ਮਦਦ ਕੀਤੀ ਹੈ, ਅੱਜ ਇਹ ਸੜਕ ਪਾਰ ਕਰਾ ਕੇ ਕੋਈ ਅੰਨੇ ਦੀ ਕਰਦਾ। ਤੇ ਅੱਜ ਮੈਂ ਇਹ ਬਕਵਾਸ ਇਸ ਲਈ ਕਰ ਰਿਹਾ ਕਿ ਮੈਨੂੰ ਵੋਟ ਦੇਣ ਵਾਲੇ ਇਹ ਨਾ ਸਮਝਣ ਕਿ ਸਦਰ ਬਣਨ ਤੋਂ ਬਾਅਦ ਟਰੰਪ ਦੀ ਜ਼ੁਬਾਨ ਲੰਬੀ ਹੋਣ ਦੀ ਬਜਾਏ ਛੋਟੀ ਹੋ ਗਈ। ਮੈਨੂੰ ਪਤਾ ਇਸ ਬਿਆਨ ਦਾ ਪਾਕਿਸਤਾਨ ਤੇ ਤਾਂ ਕੋਈ ਅਸਰ ਨਹੀਂ ਹੋਣਾ, ਲੇਕਿਨ ਉਹਨਾਂ ਦੇ ਹਮਸਾਇਆਂ ਦੀ ਧੁਨੀ ਤੱਕ ਠੰਡ ਪੈ ਜਾਣੀ। ਵਾਹ ਕਦੀ ਮੂੰਹ ਵੇਖੇ ਹੀ ਆ ਵੇਖਿਆ ਤਾਂ ਵੇਖ ਕੇ ਉਲਟੀਆਂ ਨਹੀਂ ਆਉਂਦੀਆਂ। ਨਾ ਮੈਨੂੰ ਉਲਟੀ ਆਉਂਦੀ ਨਾ ਸਿੱਧੀ ਆਉਂਦੀ, ਨਾ ਸ਼ਰਮ ਆਉਂਦੀ ਹੈ ਨਾ ਮੈਨੂੰ ਹਯਾ ਆਉਂਦੀ ਹੈ ਤੇ ਨਾ ਹੀ ਮੈਨੂੰ ਕਿਸੇ ਕਿਸਮ ਦੀ ਗੈਰਤ ਆਉਂਦੀ ਹੈ। ਬੇਟਾ ਚੁਣਾ ਹੀ ਆ, ਅੰਨਾ ਤਾਂ ਨਹੀਂ ਨਾ ਐਵੇਂ ਮਰ ਜਾਵਾਂ। ਏਡਾ ਮੈਂ ਵੇਲਾ ਮਰਨ ਮੇਰੇ ਦੁਸ਼ਮਣ ਕਿਆ ਤੁਸੀਂ ਤੌਰ ਤੇ ਹੈਨਰੀ ਕਲੈਣੀ। ਐਕਚੁਲੀ ਜਿਹੜੀ ਇਹਨਾਂ ਨੇ ਡੱਬਿੰਗ ਕੀਤੀ ਹੈ ਨਾ, ਇਹਦਾ ਡੱਬਿੰਗ ਆਏ ਨਹੀਂ ਕਿ ਬੰਦਾ ਜੋ ਮਨ 'ਚ ਆਇਆ ਅਤੇ ਉਹ ਇਹਨਾਂ ਨੇ ਡੱਬ ਕਰਕੇ ਆਪਾਂ ਨੂੰ ਸਾਹਮਣੇ ਦਿਖਾ ਤਾ। ਵੀਡੀਓ ਨੂੰ ਫਨੀ ਬਣਾਉਣ ਦੇ ਲਈ ਇਹ, ਕਿਉਂਕਿ ਪਾਕਿਸਤਾਨ ਦੇ ਬੰਦੇ ਆ ਜਿਨ੍ਹਾਂ ਨੇ ਇਹ ਐਡਿਟ ਕੀਤੀ ਹੈ, ਠੀਕ ਹੈ, ਡੱਬਿੰਗ ਕੀਤੀ ਹੈ, ਉਹਨਾਂ ਨੇ ਆਪਣਾ ਜਿਹੜਾ ਰਿਲੇਸ਼ਨ ਇਹਨਾਂ ਨਾਲ ਇੰਡੀਆ ਅਮੈਰੀਕਾ ਨਾਲ ਦਿਖਾਇਆ ਹੈ ਨਾ, ਵੀ ਕਿਸ ਉਹਨੂੰ ਥੋੜ੍ਹਾ ਫਨੀ ਵੇ ਵਿੱਚ ਦਿਖਾਇਆ ਅਤੇ ਡੋਨਲਡ ਟਰੰਪ ਨੂੰ ਆਪਾਂ ਰੋਸਟ ਮਤਲਬ ਕਿ ਕੀਤਾ ਕਹਿ ਸਕਦੇ ਹਾਂ ਹੈ ਨਾ। ਅਤੇ ਦਿਸ ਵੀਡੀਓ ਇਜ਼ ਓਨਲੀ ਫੋਰ ਫਨ ਪਰਪਜ਼, ਫੋਰ ਦਾ ਐਂਟਰਟੇਨਮੈਂਟ ਪਰਪਜ਼। ਪਲੀਜ਼ ਕੋਈ ਵੀ ਜਣਾ ਇਹਨੂੰ ਮਤਲਬ ਕਿ ਇੱਦਾਂ ਨਾ ਲਿਓ ਕਿ ਕਿਸੇ ਪਾਰਟੀ ਨਾਲ ਜਾਂ ਸਾਥ ਦਿੱਤਾ ਜਾਂ ਯੇ ਵੋ ਫਲਾਨਾ ਢਿਆਉਂਗਾ। ਸ਼ੈਤਾਨ ਲਾਲ ਤੋਂ ਲਾਣ ਤਾਂ ਹਾਏ ਓਏ ਅਜ਼ੀਜ਼ੀ ਟੋਟੇ ਵਾਲਿਓ, ਸਾਈਕਲ ਥੱਲੇ ਆ ਚੱਕ ਪਤੰਦਰ ਪਤਾ ਨੀ ਗੱਲਾਂ ਕਿੱਥੋਂ ਕੱਢ ਕੱਢ ਲਿਆਉਂਦੇ ਆ। ਚੱਲ ਇੱਕ ਹੱਥ ਕਿਤਾਬ ਤੇ ਰੱਖ ਤੇ ਦੂਜਾ ਭਾਵੇਂ ਆਪਣੇ ਮੂੰਹ ਤੇ ਰੱਖ। ਹੁਣ ਮੇਰੇ ਨਾਲ ਨਾਲ ਕਹਿ ਕੇ ਮੈਂ ਡੋਨਲਡ ਟਰੰਪ ਕਸਮ ਖਾਣਾ, ਤੇਰੀ ਦੁਆਰ ਕਸਮ ਤੋਂ ਇਲਾਵਾ ਸਭ ਕੁਝ ਖਾਣਾ, ਜੋ ਕੁਝ ਕਵਾਂਗਾ ਸੱਚ ਕਵਾਂਗਾ। ਮੈਂ ਹਲਫ ਚੁੱਕਣ ਆਇਆ ਤੇ ਤਰੀਕ ਬਤਾਉਣ ਆਇਆ। ਮੈਂ ਅਮਰੀਕਾ ਦਾ 45ਵਾਂ ਸਦਰ ਹਾਂ। ਹਾਂਜੀ 45ਵਾਂ ਸਦਰ ਹਾਂ ਤੇ ਪਹਿਲੀ ਚਵਲ ਹਾਂ। ਇਸ ਵਾਸਤੇ ਜਾਨ ਵੀ ਦੇ ਦਿਆਂਗਾ, ਜਾਨ ਦਾ ਸਦਕਾ ਦੋ ਟਿੱਕੀਆਂ ਇੱਕ ਨਾਮ ਦੇ ਦਿਆਂਗਾ। ਸਾਰੇ ਫੈਸਲੇ ਆਵਾਮ ਨੂੰ ਵੇਖ ਕੇ ਕਰਾਂਗਾ,
ਸਾਰੇ ਫੈਸਲੇ ਆਵਾਮ ਨੂੰ ਗੋਡੇ ਥੱਲੇ ਦੇ ਕੇ ਕਰਾਂਗਾ। ਮੁਖਾਲਫਾਂ ਨੂੰ ਗਲੇ ਲਾਵਾਂਗਾ, ਪਹਿਲਾਂ ਛੋਟੇ ਲਾਵਾਂਗਾ ਫਿਰ ਧੋਣਾ ਲਾਵਾਂਗਾ। ਕੰਮ ਨਹੀਂ ਕਰਾਂਗਾ ਇਹਦਾ ਮਤਲਬ ਫਿਰ ਕੋਈ ਕੰਮ ਨਹੀਂ ਕਰਾਂਗਾ। ਰੋਟੀ ਪਲਿਓ ਖਾਵਾਂਗਾ ਤੇ ਅੱਗੇ ਕੀ ਮੈਂ ਤੁਹਾਡੇ ਘਰੋਂ ਖਾਂਦਾ ਸੀ। ਹੋ ਗਿਆ ਹਲਕਾ, ਹੋ ਗਿਆ ਹਲਕਾ, ਹੋ ਗਿਆ ਦਾ ਮਤਲਬ ਖਤਮ ਹੋ ਗਿਆ। ਵੈਸੇ ਇਹੋ ਜਿਹਾ ਹਲਫ ਚੁੱਕਣਾ ਤੋਂ ਚੰਗਾ ਸੀ ਮੈਂ ਘਰੋਂ ਅਮੀ ਦੇ ਪੈਸੇ ਚੁੱਕ ਲੈਂਦਾ। ਅਮੇਜ਼ਿੰਗ ਯਾਰ, ਡੋਨਲਡ ਟਰੰਪ ਦਾ ਫਨੀ ਕੰਪਾਈਲੇਸ਼ਨ ਸੀ ਜਿਹੜਾ ਆਪਾਂ ਦੇਖਿਆ। ਅਜ਼ੀਜ਼ੀ ਟੋਟੇ ਹਮੇਸ਼ਾ ਹੀ ਬੜਾ ਬਾਕਮਾਲ ਕੰਮ ਕਰਦੇ ਆ, ਬੜਾ ਫਨ ਹੁੰਦਾ ਉਹਨਾਂ ਦੇ ਵੀਡੀਓਜ਼ ਵਿੱਚ, ਕਿਉਂਕਿ ਜਿਹੜੀ ਉਹ ਡਬਿੰਗ ਕਰਦੇ ਆ ਪ੍ਰੋਪਰ ਸਕ੍ਰਿਪਟਿੰਗ, ਪ੍ਰੋਪਰ ਰਿਸਰਚ ਐਂਡ ਪ੍ਰੋਪਰ ਵੇ ਨਾਲ ਜਿਹੜਾ ਪ੍ਰੋਨਾਊਂਸ ਕਰਦੇ ਆ ਹਰ ਇੱਕ ਡਾਇਲੋਗ, ਈਚ ਐਂਡ ਐਵਰੀ ਡਾਇਲੋਗ ਬੜਾ ਮੈਚ ਕਰਦਾ ਪਿਆ ਹੁੰਦਾ ਉਹਨਾਂ ਦੇ, ਜੋ ਸਿੰਕ ਕਰਦੇ ਆ ਉਹ ਹੈ ਨਾ ਵੋਇਸ ਨਾਲ, ਜਿਹੜੇ ਵੀ ਵਿੱਚ ਆਪਾਂ ਕਰੈਕਟਰਸ ਦੇਖਦੇ ਹਾਂ। ਅਤੇ ਐਕਚੁਲੀ ਸਿਰਫ ਮੈਚ ਹੀ ਨਹੀਂ ਕਰਦਾ ਹੁੰਦਾ, ਜਿਹੜੀ ਉਹਨਾਂ ਦੀ ਸਕ੍ਰਿਪਟ ਹੁੰਦੀ ਆ ਉਹ ਉਸ ਦੇ ਅਰਾਊਂਡ ਹੀ ਘੁੰਮਦੀ ਆ, ਠੀਕ ਹੈ, ਕਰੈਕਟਰ ਦੇ ਅਰਾਊਂਡ, ਕਿਉਂਕਿ ਐਕਚੁਲੀ ਉਹ ਇੱਦਾਂ ਦੀਆਂ ਵੀਡੀਓਜ਼ ਇਸ ਲਈ ਚੂਜ਼ ਕਰਦੇ ਆ ਕਿਉਂਕਿ ਜੇਕਰ ਕੋਈ ਵੱਡਾ ਬੰਦਾ ਜਾਂ ਕੋਈ ਵਾਇਰਲ ਵੀਡੀਓ ਹੈ ਨਾ, ਆਪਾਂ ਨੂੰ ਪਤਾ ਹੁੰਦਾ ਕਿ ਇਹ ਬੰਦਾ ਇੱਦਾਂ ਦਾ, ਅਤੇ ਉਹ ਤਾਂ ਕਰਕੇ ਉਹਨਾਂ ਨੂੰ ਚੂਜ਼ ਕਰਦੇ ਜਿਨ੍ਹਾਂ ਤੋਂ ਆਪਾਂ ਨੂੰ ਪਤਾ, ਆਪਾਂ ਨੂੰ ਉਮੀਦ ਕੁਛ ਹੋਰ ਹੁੰਦੀ ਹੈ ਕਿ ਉਹ ਬੋਲਣਗੇ, ਪਰ ਨਿਕਲਦਾ ਮੂੰਹ 'ਚ ਕੁਛ ਹੋਰ ਹੈ ਹੈ ਨਾ, ਆਪਾਂ ਨੂੰ ਸੁਣਦਾ ਕੁਛ ਹੋਰ ਆ, ਅਤੇ ਉਹਦੇ ਕਰਕੇ ਜਿਹੜੀ ਵੀਡੀਓ ਆ ਉਹ ਬਹੁਤ ਜ਼ਿਆਦਾ ਫਨੀ ਬਣ ਜਾਂਦੀ ਹੈ। ਬਾਕੀ ਜਿੰਨੇ ਵੀ ਬੰਦੇ ਡਬਿੰਗ ਕਰਦੇ ਆ, ਆਵਾਜ਼ਾਂ ਕੱਢਦੇ ਆ, ਹੈ ਨਾ, ਕੋਈ ਪਤਲੀ ਆਵਾਜ਼ ਕੱਢਦਾ, ਕੋਈ ਭਾਰੀ ਆਵਾਜ਼ ਕੱਢਦਾ, ਅਤੇ ਮੇਰੇ ਖਿਆਲ ਦੋ ਤਿੰਨ ਬੰਦੇ ਹੀ ਆ ਇਹ ਜਿਹੜੇ ਸਾਰੀਆਂ ਆਵਾਜ਼ਾਂ ਕੱਢਦੇ ਆ। ਅਤੇ ਪਰ ਯੂ ਨੋ ਇੱਕ ਹੁੰਦਾ ਨਾ ਯਾਰ, ਇਹ ਕੰਮ ਆਏ ਨਹੀਂ ਆਪਾਂ ਨੂੰ ਦੇਖਣ 'ਚ, ਆਪਾਂ ਹੱਸ ਲਿਆ ਗੱਲ ਖਤਮ, ਪਰ ਨਹੀਂ, ਜਿਹੜੀ ਇਹ ਵੀਡੀਓ ਹੁੰਦੀ ਹੈ ਇੱਦਾਂ ਦੀ, ਇਸ ਵੀਡੀਓ 'ਤੇ ਕਾਫੀ ਟਾਈਮ ਲੱਗਦਾ ਮੇਰੇ ਅਕੋਰਡਿੰਗ, ਕਿਉਂਕਿ ਜਿੱਥੇ ਬੰਦਾ ਲਿਪਸਿੰਗ ਕਰ ਰਿਹਾ, ਜਿੱਥੇ ਉਹ ਬੋਲਣਾ ਬੰਦ ਹੋ ਰਿਹਾ, ਉਹਦੀ ਲਿਪਸਿੰਗ ਦੇ ਅਕੋਰਡਿੰਗ ਉਹਨਾਂ ਨੇ ਡਾਇਲੋਗਸ ਲਿਖਣੇ, ਹੈ ਨਾ, ਸਕ੍ਰਿਪਟ ਲਿਖਣੀ, ਉਹ ਐਂਡ ਸਿਰਫ ਲਿਖਣੀ ਨਹੀਂ, ਉਹਦੇ ਵਿੱਚ ਹਿਊਮਰ ਐਡ ਕਰਨਾ, ਅਤੇ ਦਿਸ ਇਜ਼ ਵੈਰੀ ਡਿਫੀਕਲਟ ਟਾਸਕ। ਅਤੇ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਸਪੋਰਟ ਕਰਨੀ ਚਾਹੀਦੀ ਹੈ, ਦੇਖੋ ਸੁਣੋ ਜ਼ਰੂਰ, ਅਤੇ ਪਰ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਇੱਦਾਂ ਦੀਆਂ ਜੋ ਟੈਲੈਂਟ ਨੂੰ ਯਾਰ ਸਪੋਰਟ ਦੀ ਲੋੜ ਹੁੰਦੀ ਆ, ਹੈ ਨਾ, ਪਿਆ ਆਪਣੇ ਪਿਆਰ ਦੀ ਲੋੜ ਹੁੰਦੀ ਹੈ। ਅਤੇ ਬਾਕੀ ਵੀਡੀਓ ਇਜ਼ ਕੁਆਇਟ ਅਸਮ, ਬਹੁਤ ਅੱਛੀ ਲੱਗੀ, ਮਜ਼ਾ ਆਇਆ ਦੇਖ ਕੇ, ਤੁਹਾਨੂੰ ਕਿੱਦਾਂ ਲੱਗੀ ਮੈਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਪੰਜਾਬੀ ਰੀਲ ਟੀਵੀ ਆਪਣਾ ਇੰਸਟਾਗ੍ਰਾਮ ਦਾ ਅਕਾਊਂਟ ਆ, ਜਾ ਕੇ ਚੈੱਕ ਕਰਨਾ ਨਾ ਭੁੱਲਿਓ, ਚੈੱਕ ਕਰ ਲਓ, ਅਤੇ ਸਬਸਕ੍ਰਾਈਬ ਕਿਤੇ ਬਿਨਾਂ ਨਾ ਜਾਇਓ। ਮੈਂ ਮਿਲਦਾ ਤੁਹਾਨੂੰ ਕਿਸੇ ਹੋਰ ਵੀਡੀਓ 'ਚ, ਤਦ ਤੱਕ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਅਤੇ ਚੱਕੀ ਰੱਖੋ ਇੱਦਾਂ ਹੀ ਕੰਮ।